ਤਰਾਸ ਦੀ ਆ ਪੰਜਾਬ ਦੀ ਏਕ ਪੰਜਾਬ ਦਾ ਸਭ ਤੋਂ ਮੈਂ ਸਮਝਦਾ ਕਾਲਾ ਦੌਰ ਆ ਹੁਣ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਤੁਸੀਂ ਇਹ ਦੇਖਿਓ ਪੰਜਾਂ ਦਸਾਂ ਸਾਲਾਂ ਚ ਕਾਲਜ ਯੂਨੀਵਰਸਟੀਆਂ ਬੰਦ ਹੋ ਜਾਣੀਆਂ ਉਹਦਾ ਰੀਜ਼ਨ ਇਹ ਕਿ ਬੱਚੇ ਇੱਥੇ ਰਹਿ ਕੇ ਖੁਸ਼ ਨਹੀਂ ਆ ਇੱਥੇ ਯੰਗ ਪੀੜੀ ਰਹਿ ਕੇ ਖੁਸ਼ ਨਹੀਂ ਆ ਲੋਕ ਬਾਹਰ ਨੂੰ ਭੱਜ ਰਹੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਦੋਂ ਤੁਹਾਡੇ ਪ੍ਰਾਂਤ ਚ ਮੁਲਕ ਚ ਸਟੇਟ ਚ ਨਹੀਂ ਸਕੂਨ ਹੋਊਗਾ ਨਹੀਂ ਕੰਮ ਹੋਊਗਾ ਨਹੀਂ ਸੁਰੱਖਿਆ ਹੋਊਗੀ ਤਾਂ ਫਿਰ ਉੱਥੇ ਲੋਕ ਤੰਗ ਹੋਣਗੇ ਮੈਂ ਸਮਝਦਾ ਕਿ ਜਦੋਂ ਮਾੜੀ ਘਟਨਾ ਹੀ ਕੋਈ ਨਹੀਂ ਹੋ ਸਕਦੀ ਤੁਸੀਂ ਬਲੀਵ ਕਰਿਓ ਅਸੀਂ ਸ਼ੋਅ ਕਰਕੇ ਆਉਂਦੇ ਸੀ ਜਿੱਦਨ ਮੈਂ ਇਹ ਖਬਰ ਸੁਣੀ ਤਾਂ ਇੱਕਦਮ ਆਪਣੇ ਆਪ ਤੇ ਬੰਦਾ ਬੰਦਾ ਸੋਚਣੇ ਲੱਗ ਜਾਂਦਾ ਕਿ ਯਾਰ ਮੈਂ ਇੱਥੇ ਹੀ ਰਹਿ ਰਿਹਾ ਮਤਲਬ ਫਿਰ ਮੈਂ ਮੈਂ ਕਿਦਾਂ ਸੁਰੱਖਤ ਹੋਊਂਗਾ ਮਤਲਬ ਜਦੋਂ ਇੱਥੇ ਆਮ ਨਾਗਰਿਕ ਸੁਰੱਖਿਆਤ ਨਹੀਂ ਆ ਮੈਂ ਗੱਲ ਕਰਦਾ ਕਿ ਪੰਜਾਬ ਇਹ ਨਹੀਂ ਆ ਪੰਜਾਬ ਨੂੰ ਗੁਰੂਆਂ ਪੀਰਾਂ ਸੁਨੇ ਦੀ ਧਰਤੀ ਸੁਨੇ ਦੀ ਚੜੀ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਗਿਆ ਗੁਰੂਆਂ ਦੀ ਧਰਤੀ ਤੇ ਕੀ ਹੋ ਰਿਹਾ ਪਿਛਲੇ ਕਿੰਨੇ ਟਾਈਮ ਤੋਂ ਕੀ ਹੋ ਰਿਹਾ ਨਸ਼ੇ ਜੇ ਉਹ ਹੁਣੇ ਵੀ ਕੰਮ ਸ਼ੁਰੂ ਮਤਲਬ ਇਹ ਇਸ ਤੋਂ ਮਾੜਾ ਦੌਰ ਕੀ ਹੋ ਸਕਦਾ ਸੋ ਮੈਂ ਇਹ ਸਮਝਦਾ ਕਿ ਇਹਦੇ ਚ ਕਸੂਰਵਾ ਤੁਸੀਂ ਕਿਨੂੰ ਕਹੋਗੇ ਮਤਲਬ ਤੁਸੀਂ ਵੀ ਜਿਆਦਾ ਤੁਸੀਂ ਤਾਂ ਰੋਜ਼ ਤੁਰਦੇ ਫਿਰਦੇ ਹੋ ਤੁਹਾਡਾ ਤਾਂ ਰੋਜ਼ ਦਾ ਕੰਮ ਆ ਪਰ ਮੈਨੂੰ ਲੱਗਦਾ ਕਿ ਇਹ ਕੁੱਲ ਮਿਲਾ ਕੇ ਪੰਜਾਬ ਪੰਜਾਬੀਅਤ ਔਰ ਪੰਜਾਬੀ ਲਈ ਸ਼ਰਮ ਦੀ ਗੱਲ ਇਸ ਤੋਂ ਵੱਡੀ ਹੋ ਹੀ ਨਹੀਂ ਸਕਦੀ ਜਿੰਨੀ ਮਾੜੀ ਘਟਨਾ ਹੈ ਉਹ ਤਾਂ ਗੋਲੀ ਮਾਰੋ ਚੌਂਕ ਦੇ ਵਿੱਚ ਖੜਾ ਕੇ ਉਧਰ ਨਹੀਂ ਗੋਲੀ ਮਾਰ ਦੋ ਸ਼ਾਮ ਨੂੰ ਜਿਹੜਾ ਵੀ ਫੜਿਆ ਜਾਂਦਾ ਨਾਲੋਂ ਨਾਲ ਗੋਲੀ ਮਾਰੀ ਜਾਓ ਹੱਕ ਹੀ ਨਹੀਂ ਇਹੋ ਜਿਹੇ ਬੰਦਿਆਂ ਨੂੰ ਇਹ ਇਹ ਇਨਸਾਨ ਨਹੀਂ ਮੈਂ ਕਹਾਂ ਇਹ 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 ਦਰਿੰਦੇ ਆ ਇਹ ਸਾਰੇ ਕੈਸੇ ਲੋਕ ਕੈਸੇ ਮਤਲਬ ਕੈਸੇ ਕੁੱਤੇ ਲੋਕ ਘਟੀਆਂ ਸੋਚਦੇ ਲੋਕ ਕਿ ਕੀ ਹੋਊਗਾ ਮਤਲਬ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੂੰ ਹੱਕ ਹੀ ਨਹੀਂ ਆ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਪ੍ਰਮਾਤਮਾ ਨੇ ਦਿੱਤੀ ਇੰਨੀ ਖੂਬਸੂਰਤ ਜ਼ਿੰਦਗੀ ਆ ਇਹਦੇ ਚ ਪਿਆਰ ਵੰਡੋ ਯਾਰ ਲੋਕਾਂ ਨਾਲ ਪਿਆਰ ਕਰੋ ਤੁਸੀਂ ਸਾਰੀ ਕਾਮ ਖਰਾਬ ਕਰ ਰਹੇ ਹੋ ਤੁਸੀਂ ਸਾਰਾ ਮੁਲਕ ਖਰਾਬ ਕਰ ਰਹੇ ਹੋ ਤੁਸੀਂ ਸਾਰੀ ਪੰਜਾਬੀਅਤ ਖਰਾਬ ਕਰ ਰਹੇ ਹੋ ਸਾਰੀ ਸਾਰੀ ਕਮਿਊਨਿਟੀ ਖਰਾਬ ਹੋ ਰਹੀ ਪਾਜੀ ਸਾਰੇ ਸਾਰੇ ਮੈਂ ਸਮਝਦਾ ਕਿ ਉਸ ਲੜਕੀ ਦੇ ਮਾਪਿਓ ਜਾਂ ਭੈਣ ਭਰਾ ਜਾਂ ਜੋ ਵੀ ਪਰਿਵਾਰ ਆ ਜਿੰਨਾਂ ਤੋਂ ਖੋਨਾਂ ਨੂੰ ਮਿਲਨ ਦਾ ਹਰ ਬੰਦੇ ਨੂੰ ਉਹਨਾਂ ਦੁੱਖ ਮੈਂ ਮੈਂ ਤੁਸੀਂ ਸਵਾਲ ਸ਼ੁਰੂ ਕੀਤਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਪਿਛਲੇ 3 ਦਿਨ ਤੋਂ ਇਹੋ ਕੁਝ ਸੁਣਨ ਨੂੰ ਆ ਰਿਹਾ ਔਰ ਮੈਨੂੰ ਲੱਗਦਾ ਕਿ ਇਸ ਟਾਈਮ ਪੰਜਾਬ ਨੂੰ ਪੰਜਾਬ ਨਹੀਂ ਕਿਹਾ ਜਾ ਸਕਦਾ ਇਹ ਪੰਜਾਬ ਦੀ ਪੰਜਾਬ ਦੀ ਧਰਤੀ ਵਾਲੇ ਕੰਮ ਨਹੀਂ ਆਏ ਭਾਜੀ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਨਸ਼ਿਆਂ ਨੂੰ ਇਹਨਾਂ ਚੀਜ਼ਾਂ ਨੂੰ ਮਤਲਬ ਇਹੋ ਜਿਹੇ ਲੋਕਾਂ ਨੂੰ ਜਾਂ ਜਿਹੜੇ ਇਹੋ ਜਿਹੇ ਲੋਕ ਕ੍ਰਾਈਮ ਕਰਦੇ ਆ ਜਾਂ ਆਉਣ ਵਾਲੇ ਆ ਮਤਲਬ ਇਹ 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 ਸਾਰਾ ਸਾਰਾ ਕੁਝ ਦੀ ਜਾੜੀ ਨਸ਼ਾ ਜਿਹੜਾ ਬੰਦਾ ਨਸ਼ਾ ਕਰੂਗਾ ਦਿਮਾਗ ਖਰਾਬ ਹੋਊਗਾ ਉਹ ਕਰੂਗਾ ਇਹੋ ਜਿਹੇ ਕੰਮ ਸਾਰੇ ਕੁਝ ਦੀ ਜਾੜੀ ਨਸ਼ਾ ਖਤਮ ਕਰੋ ਪੰਜਾਬ ਨੂੰ ਬਚਾਓ ਬਚੂਗਾ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ 'ਚ ਇੱਥੇ ਤੁਡੇ ਪਸ਼ੂ ਡੰਗਰੀ ਤੋਤੇ ਫਿਰ ਨਹੀਂ ਆਉਂਦੇ ਤਾਂ ਇਹ ਰਹਿਣਾ ਜੀ ਮੁਲਕ